ਸਬਸਕ੍ਰਾਈਬ ਟੂ ਆਰ ਯੂਟਿਊਬ ਚੈਨਲ, ਪ੍ਰੈਸ ਦ ਬੈਲ ਆਈਕਨ ਟੂ ਗੈਟ ਦ ਲੇਟੈਸਟ ਅਪ। ਵੱਡੀ ਖਬਰ ਬਜਰੰਗ ਦਲ ਦੇ ਵੱਲੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਨੇਤਾਵਾਂ ਨੇ ਗਊ ਤਸਕਰੀ ਮਾਮਲੇ ਦੇ ਵਿੱਚ ਇੱਕ ਟਰੱਕ ਨੂੰ ਕਾਬੂ ਕੀਤਾ ਹੈ। ਇਲਜ਼ਾਮ ਲੱਗਦੇ ਪਏ ਨੇ ਕਿ ਟਰੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਗਊ ਮਾਸ, ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਹੈ। ਕਾਬਲੇ ਗੌਰ ਹੈ ਕਿ ਬਜਰੰਗ ਦਲ ਨੇ ਨੇਤਾਵਾਂ ਸਾਹਿਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਟਰੱਕ ਭਰ ਕੇ ਗਊ ਮਾਸ ਦੀ ਤਸਕਰੀ ਦੀ ਸੂਚਨਾ ਮਿਲੀ ਸੀ ਕਿ ਯੂਪੀ ਨੰਬਰ ਦਾ ਟਰੱਕ ਪਠਾਨਕੋਟ ਰੋਡ ਤੋਂ ਲੰਘਦਾ ਪਿਆ ਹੈ, ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਗਊ ਮਾਸ ਹੈ। ਪਰ ਇਸ ਮਾਮਲੇ ਦੇ ਵਿੱਚ ਕੀ ਹਕੀਕਤ ਤੇ ਕਿਵੇਂ ਪੂਰੀ ਇਨਫੋਰਮੇਸ਼ਨ ਮਿਲਦੀ ਹੈ, ਉਸ ਨੂੰ ਸੁਣ ਕੇ ਤੁਸੀਂ ਵੀ ਜਵਾਬ ਦੇਣਾ ਕਿ ਆਖਿਰ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ। ਇਹ ਅੱਜ ਸਾਨੂੰ ਥਾਣੇ ਦੇ ਵਿੱਚ ਇਤਲਾਹ ਆਈ ਆ ਕਿ ਪਠਾਨਕੋਟ ਚੌਂਕ 'ਚ ਕੋਈ ਟਰੱਕ ਰੁਕਿਆ ਆ, ਜਿਹਦੇ ਵਿੱਚ ਉਹਨਾਂ ਨੂੰ ਕੋਈ ਗਊ ਦੇ ਮਾਸ ਦੇ ਹੋਣ ਬਾਰੇ ਸ਼ੱਕ ਹੈਗੀ ਆ। ਅਤੇ ਅਸੀਂ ਫਿਰ ਮੌਕੇ 'ਤੇ ਗਏ ਹਾਂ ਟਰੱਕ ਲੈਣ ਦਾ, ਪਰ ਹਾਲੇ ਪ੍ਰੋਸੀਡਿੰਗ ਚੱਲ ਰਹੀ ਆ ਇਨਵੈਸਟੀਗੇਸ਼ਨ ਵਿੱਚ। ਦੇਖਾਂਗੇ, ਅਸੀਂ ਟੀਮ ਸੱਦੀ ਆ ਵੈਟਰਨਰੀ ਡਾਕਟਰਾਂ ਦੀ, ਜਿਹੜੇ ਕਿ ਬੋਰਡ ਬਣਾ ਕੇ ਚੈੱਕ ਕਰਨਗੇ ਵਾਕਿਆ ਇਹ ਚੀਜ਼ ਹੈਗੀ ਆ ਜਾਂ ਨਹੀਂ ਹੈਗੀ। ਜੇਕਰ ਹੋਈ ਤਾਂ ਉਸ ਹਿਸਾਬ ਨਾਲ ਜਿਹੜੀ ਕਾਨੂੰਨ ਦੀ ਕਾਰਵਾਈ ਉਹ ਕਰਾਂਗੇ। ਹਾਲੇ ਕਿਸੇ ਨੂੰ ਨਹੀਂ, ਫਿਲਹਾਲ ਅਸੀਂ ਇਹ ਐਫ ਆਰ ਲੌਂਚ ਕਰਕੇ ਅਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਗਰ ਇਨਵੈਸਟੀਗੇਸ਼ਨ ਉਹਨਾਂ ਨੂੰ ਚੈੱਕ ਕਰਾ ਕੇ ਜਿਹੜੇ ਵੈਟਰਨਰੀ ਡਾਕਟਰ ਸਿੰਪਲ ਲੈਣਗੇ ਵਾਕਿਆ ਹੀ ਕੁਛ ਹੈ, ਉਸ ਤੋਂ ਬਾਅਦ ਫਿਰ ਉਹਨੂੰ ਹਿਰਾਸਤ ਵਿੱਚ। ਟਰੱਕ ਦੇ ਚਾਲਕ ਦੋ ਡਰਾਈਵਰ ਆ ਸਾਡੇ ਕੋਲ ਫਿਲਹਾਲ, ਨਿਗਰਾਨੀ 'ਚ ਆ ਸਾਡੇ, ਅਤੇ ਨਾਮ ਨਹੀਂ ਹਲੇ ਉਹਨਾਂ ਦਾ ਅਸੀਂ ਕਲੀਅਰ ਕਰ ਸਕਦੇ ਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਬਿਆਨ ਅਸੀਂ ਸਾਹਿਲ ਸ਼ਰਮਾ ਦੇ, ਸਾਨੂੰ ਬਿਆਨ ਦਿੱਤੇ ਆ ਸਾਹਿਲ ਸ਼ਰਮਾ ਨੇ, ਇਨਫੋਰਮੇਸ਼ਨ ਦਿੱਤੀ ਹੈ। ਉਹ ਜਲੰਧਰ ਦੇ ਰਹਿਣ ਵਾਲੇ ਆ, ਬਜਰੰਗ ਦਲ ਦੇ ਮੈਂਬਰ ਆ। ਉਹਨਾਂ ਨੇ ਨਹੀਂ, ਉਹ ਸਾਰਾ ਹੀ ਆ, ਉਹ ਅਸੀਂ ਟੀਮ ਬਣਾ ਲਈ ਆ ਡਾਕਟਰਾਂ ਦੀ, ਵੈਟਰਨਰੀ ਡਾਕਟਰਾਂ ਦੀ, ਉਹ ਆ ਕੇ ਤਾਂ ਉਹ ਚੈੱਕ ਕਰਨਗੇ। ਸਰ ਚੈੱਕ ਕਰਨ ਤੋਂ ਬਾਅਦ ਵਾਕਿਆ ਇਹ ਚੀਜ਼ ਹੈ ਜਾਂ ਨਹੀਂ ਹੈ ਉਹਦੇ ਬਾਰੇ। ਵੱਡੀ ਖਬਰ ਬਜਰੰਗ ਦਲ ਦੇ ਵੱਲੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਨੇਤਾਵਾਂ ਨੇ ਗਊ ਤਸਕਰੀ ਮਾਮਲੇ ਦੇ ਵਿੱਚ ਇੱਕ ਟਰੱਕ ਨੂੰ ਕਾਬੂ ਕੀਤਾ ਹੈ। ਇਲਜ਼ਾਮ ਲੱਗਦੇ ਪਏ ਨੇ ਕਿ ਟਰੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਗਊ ਮਾਸ, ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਹੈ। ਕਾਬਲੇ ਗੌਰ ਹੈ ਕਿ ਬਜਰੰਗ ਦਲ ਨੇ ਨੇਤਾਵਾਂ ਸਾਹਿਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਟਰੱਕ ਭਰ ਕੇ ਗਊ ਮਾਸ ਦੀ ਤਸਕਰੀ ਦੀ ਸੂਚਨਾ ਮਿਲੀ ਸੀ ਕਿ ਯੂਪੀ ਨੰਬਰ ਦਾ ਟਰੱਕ ਪਠਾਨਕੋਟ ਰੋਡ ਤੋਂ ਲੰਘਦਾ ਪਿਆ ਹੈ, ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਗਊ ਮਾਸ ਹੈ। ਪਰ ਇਸ ਮਾਮਲੇ ਦੇ ਵਿੱਚ ਕੀ ਹਕੀਕਤ ਤੇ ਕਿਵੇਂ ਪੂਰੀ ਇਨਫੋਰਮੇਸ਼ਨ ਮਿਲਦੀ ਹੈ, ਉਸ ਨੂੰ ਸੁਣ ਕੇ ਤੁਸੀਂ ਵੀ ਜਵਾਬ ਦੇਣਾ ਕਿ ਆਖਿਰ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ। ਇਹ ਅੱਜ ਸਾਨੂੰ ਥਾਣੇ ਦੇ ਵਿੱਚ ਇਤਲਾਹ ਆਈ ਆ ਕਿ ਪਠਾਨਕੋਟ ਚੌਂਕ 'ਚ ਕੋਈ ਟਰੱਕ ਰੁਕਿਆ ਆ, ਜਿਹਦੇ ਵਿੱਚ ਉਹਨਾਂ ਨੂੰ ਕੋਈ ਗਊ ਦੇ ਮਾਸ ਦੇ ਹੋਣ ਬਾਰੇ ਸ਼ੱਕ ਹੈਗੀ ਆ। ਅਤੇ ਅਸੀਂ ਫਿਰ ਮੌਕੇ 'ਤੇ ਗਏ ਹਾਂ ਟਰੱਕ ਲੈਣ ਦਾ, ਪਰ ਹਾਲੇ ਪ੍ਰੋਸੀਡਿੰਗ ਚੱਲ ਰਹੀ ਆ ਇਨਵੈਸਟੀਗੇਸ਼ਨ ਵਿੱਚ। ਦੇਖਾਂਗੇ, ਅਸੀਂ ਟੀਮ ਸੱਦੀ ਆ ਵੈਟਰਨਰੀ ਡਾਕਟਰਾਂ ਦੀ, ਜਿਹੜੇ ਕਿ ਬੋਰਡ ਬਣਾ ਕੇ ਚੈੱਕ ਕਰਨਗੇ ਵਾਕਿਆ ਇਹ ਚੀਜ਼ ਹੈਗੀ ਆ ਜਾਂ ਨਹੀਂ ਹੈਗੀ। ਜੇਕਰ ਹੋਈ ਤਾਂ ਉਸ ਹਿਸਾਬ ਨਾਲ ਜਿਹੜੀ ਕਾਨੂੰਨ ਦੀ ਕਾਰਵਾਈ ਉਹ ਕਰਾਂਗੇ। ਹਾਲੇ ਕਿਸੇ ਨੂੰ ਨਹੀਂ, ਫਿਲਹਾਲ ਅਸੀਂ ਇਹ ਐਫ ਆਰ ਲੌਂਚ ਕਰਕੇ ਅਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਗਰ ਇਨਵੈਸਟੀਗੇਸ਼ਨ ਉਹਨਾਂ ਨੂੰ ਚੈੱਕ ਕਰਾ ਕੇ ਜਿਹੜੇ ਵੈਟਰਨਰੀ ਡਾਕਟਰ ਸਿੰਪਲ ਲੈਣਗੇ ਵਾਕਿਆ ਹੀ ਕੁਛ ਹੈ, ਉਸ ਤੋਂ ਬਾਅਦ ਫਿਰ ਉਹਨੂੰ ਹਿਰਾਸਤ ਵਿੱਚ। ਟਰੱਕ ਦੇ ਚਾਲਕ ਦੋ ਡਰਾਈਵਰ ਆ ਸਾਡੇ ਕੋਲ ਫਿਲਹਾਲ, ਨਿਗਰਾਨੀ 'ਚ ਆ ਸਾਡੇ, ਅਤੇ ਨਾਮ ਨਹੀਂ ਹਲੇ ਉਹਨਾਂ ਦਾ ਅਸੀਂ ਕਲੀਅਰ ਕਰ ਸਕਦੇ ਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਬਿਆਨ ਅਸੀਂ ਸਾਹਿਲ ਸ਼ਰਮਾ ਦੇ, ਸਾਨੂੰ ਬਿਆਨ ਦਿੱਤੇ ਆ ਸਾਹਿਲ ਸ਼ਰਮਾ ਨੇ, ਇਨਫੋਰਮੇਸ਼ਨ ਦਿੱਤੀ ਹੈ। ਉਹ ਜਲੰਧਰ ਦੇ ਰਹਿਣ ਵਾਲੇ ਆ, ਬਜਰੰਗ ਦਲ ਦੇ ਮੈਂਬਰ ਆ। ਉਹਨਾਂ ਨੇ ਨਹੀਂ, ਉਹ ਸਾਰਾ ਹੀ ਆ, ਉਹ ਅਸੀਂ ਟੀਮ ਬਣਾ ਲਈ ਆ ਡਾਕਟਰਾਂ ਦੀ, ਵੈਟਰਨਰੀ ਡਾਕਟਰਾਂ ਦੀ, ਉਹ ਆ ਕੇ ਤਾਂ ਉਹ ਚੈੱਕ ਕਰਨਗੇ। ਸਰ ਚੈੱਕ ਕਰਨ ਤੋਂ ਬਾਅਦ ਵਾਕਿਆ ਇਹ ਚੀਜ਼ ਹੈ ਜਾਂ ਨਹੀਂ ਹੈ ਉਹਦੇ ਬਾਰੇ।